गुरु रूप गुरु प्यारी साध संग जी, कुछ खास बेनतियां ने जिस तों आप जी नूं रूबरू करवाउण जा रहे हां। साहिबे कमाल पुत्रां दे दानी धन धन श्री गुरु गोबिंद सिंह जी महाराज, उन्हां द्वारा कीतियां होईयां भविखवाणियां ਉਹ ਹਮੇਸ਼ਾ ਸੱਚ ਸਾਬਤ ਹੁੰਦੀਆਂ ਹੀ ਆਈਆਂ ਨੇ, ਕਿਉਂਕਿ ਗੁਰੂ ਦੇ ਮੂੰਹੋਂ ਨਿਕਲੇ ਹੋਏ ਵਚਨ ਅਕਾਲ ਪੁਰਖ ਦੇ ਮੂੰਹੋਂ ਨਿਕਲੇ ਹੋਏ ਵਚਨ ਹੁੰਦੇ ਨੇ, ਕਿਉਂਕਿ ਗੁਰੂ ਦੇ ਵਚਨਾਂ ਨੂੰ ਕੋਈ ਟਾਲ ਨਹੀਂ ਸਕਦਾ। ਸਾਧ ਸੰਗਤ ਜੀ, ਜਿਵੇਂ ਤੁਹਾਨੂੰ ਪਤਾ ਹੈ ਕਿ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਜੋ ਹੈ ਉਹ ਜ਼ਿਆਦਾ ਵਧੀਆ ਨਹੀਂ। ਦਸ਼ਮੇਸ਼ ਪਿਤਾ ਦੀ ਭਵਿੱਖਬਾਣੀ ਹੈ ਕਿ ਕੈਨੇਡਾ ਅਤੇ ਭਾਰਤ ਵਿੱਚ ਇੱਕ ਭਿਆਨਕ ਯੁੱਧ ਛਿੜੇਗਾ ਅਤੇ ਖਾਲਿਸਤਾਨੀ ਸਿੱਖਾਂ ਦਾ ਖੂਨ ਵਹੇਗਾ ਅਤੇ ਹੋਣਗੇ ਸਿੱਖਾਂ ਦੇ ਕਤਲ। ਪੂਰੀ ਗੱਲ ਜਾਣ ਕੇ ਤੁਹਾਡਾ ਹਿਰਦਾ ਵਰੁੰਧਿਆ ਜਾਵੇਗਾ। ਇਸ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਸਾਧ ਸੰਗਤ ਜੀ, ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਸਕੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਖਾਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੁਆਰਾ ਕੀਤੀਆਂ ਹੋਈਆਂ ਭਵਿੱਖਬਾਣੀਆਂ ਜੋ 100 ਸਾਖੀ ਦੇ ਵਿੱਚ ਦਰਜ ਹੈ। ਦਸਮ ਗ੍ਰੰਥ ਜਦੋਂ ਆਪਾਂ ਪੜ੍ਹਦੇ ਹਾਂ, ਜਦੋਂ ਪੜ੍ਹ ਕੇ ਵਿਚਾਰਦੇ ਹਾਂ ਤਾਂ ਸਾਰੀਆਂ ਗੱਲਾਂ ਆਪਣੇ ਸਾਹਮਣੇ ਇੱਕ ਵੀਡੀਓ ਦੇ ਵਾਂਗੂ ਦਿਖਣ ਲੱਗ ਜਾਂਦੀਆਂ ਨੇ। ਐਦਾਂ ਮਹਿਸੂਸ ਹੁੰਦਾ ਹੈ ਜਿਵੇਂ ਗੁਰੂ ਸਾਹਿਬ ਸਭ ਕੁਛ ਇੱਕ ਵੀਡੀਓ ਦਾ ਫਿਲਮਾਂਕਨ ਕਰਕੇ ਸਾਨੂੰ ਦੱਸ ਕੇ ਗਏ ਨੇ। 100 ਸਾਖੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਕਿ ਜਦੋਂ 1984 ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਹੁੰਦਾ ਹੈ, ਉਸ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਕਿ ਰੰਡੀ ਦਾ ਰਾਜ ਆਵੇਗਾ, ਫੌਜਾਂ ਦਰਬਾਰ ਸਾਹਿਬ ਦੇ ਉੱਪਰ ਚੜ੍ਹਨਗੀਆਂ, ਜੋ ਘੋੜਿਆਂ ਦੇ ਜੋ ਪੈਰ ਨੇ ਉਹ ਸਾਰੇ ਖੂਨ ਦੇ ਨਾਲ ਭਿੱਜ ਜਾਣਗੇ, 900,000 ਸਿੱਖ ਮਾਰੇ ਜਾਣਗੇ, ਫੌਜਾਂ ਮਾਰੀਆਂ ਜਾਣਗੀਆਂ। ਇਹ ਸਾਰੀਆਂ ਗੱਲਾਂ 100 ਸਾਖੀ ਦੇ ਵਿੱਚ ਦਰਜ ਹੈ। ਸਾਧ ਸੰਗਤ ਜੀ, ਪਿੱਛੇ ਜੇ ਕਰੋਨਾ ਮਹਾਂਮਾਰੀ ਆਈ, ਕਿੰਨੀ ਭੁੱਖਮਾਰੀ ਹੋਈ, ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਪਹਿਲਾਂ ਲਿਖ ਕੇ ਗਏ ਨੇ। ਤੁਸੀਂ ਖਬਰ ਸੁਣੀ ਹੋਣੀ ਹੈ ਜਦੋਂ ਅਫਗਾਨ ਦੇ ਵਿੱਚ ਤਾਲੀਬਾਨੀਆਂ ਨੇ ਹਮਲਾ ਬੋਲਿਆ, ਤਾਲੀਬਾਨੀਆਂ ਨੇ ਅਫਗਾਨ ਦੇ ਉੱਪਰ ਕਬਜ਼ਾ ਕੀਤਾ। ਇਹ ਗੱਲਾਂ ਵੀ ਗੁਰੂ ਸਾਹਿਬ ਨੇ ਲਿਖੀਆਂ ਸੀ 100 ਸਾਖੀ ਦੇ ਵਿੱਚ। ਸਾਧ ਸੰਗਤ ਜੀ, ਆਪਾਂ ਨੂੰ ਪੜ੍ਹਨ ਤੱਕ ਸੀਮਤ ਨਹੀਂ ਰੱਖਣਾ ਕਿ ਆਪਾਂ ਗੁਰੂ ਘਰ ਗਏ, ਬਾਣੀ ਪੜ੍ਹ ਲਈ ਜਾਂ ਦਸਮ ਗ੍ਰੰਥ ਦੀ ਬਾਣੀ ਪੜ੍ਹ ਲਈ ਜਾਂ ਘਰ ਦੇ ਵਿੱਚ ਬਾਣੀ ਪੜ੍ਹ ਲਈ, 100 ਸਾਖੀ ਪੜ੍ਹ ਲਈ ਜੀ, ਠੀਕ ਹੈ ਜੀ। ਆਪਾਂ ਨੂੰ ਵਿਚਾਰਨਾ ਪੈਣਾ ਹੈ ਕਿ ਗੁਰੂ ਸਾਹਿਬ ਕੀ ਲਿਖ ਕੇ ਗਏ। ਖਾਲਸਾ ਰਾਜ ਦੇ ਬਾਰੇ ਵੀ ਗੁਰੂ ਸਾਹਿਬ ਨੇ ਲਿਖਿਆ ਹੈ, ਪਰ ਆਪਾਂ ਉਸ ਨੂੰ ਵਿਚਾਰਦੇ ਹੀ ਨਹੀਂ। ਖਾਲਸਾ ਰਾਜ ਕਿਵੇਂ ਆਵੇਗਾ? ਹੁਣ ਆਪਾਂ ਖਾਲਿਸਤਾਨ ਦੀ ਮੰਗ ਤਾਂ ਕਰ ਲੈਂਦੇ ਹਾਂ ਕਿ ਸਾਨੂੰ ਸਾਡਾ ਰਾਜ ਚਾਹੀਦਾ ਹੈ, ਪਰ ਉਹ ਰਾਜ ਆਵੇਗਾ ਕਿਵੇਂ? ਗੁਰੂ ਮਹਾਰਾਜ ਦਾ ਵਚਨ ਹੈ ਆਗਿਆ ਭਈ ਅਕਾਲ ਕੀ। ਅਕਾਲ ਪੁਰਖ ਨੇ ਜਦੋਂ ਆਗਿਆ ਦਿੱਤੀ ਤਬੈ ਚਲਾਇਓ ਪੰਥ, ਉਦੋਂ ਮੈਂ ਇਹ ਪੰਥ ਚਲਾਇਆ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਰੇ ਸਿੱਖਾਂ ਨੂੰ ਮੇਰਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ। ਉਸ ਤੋਂ ਬਾਅਦ ਗੁਰੂ ਸਾਹਿਬ ਕੀ ਕਹਿੰਦੇ ਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪ੍ਰਗਟ ਗੁਰਾਂ ਦੀ ਦੇ ਮੰਨਣਾ ਹੈ। ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਂ ਲੇ। ਜਿਹੜਾ ਉਸ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ, ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ,
उस शब्द दे विच्चों खोजो। राज करेगा खालसा, फिर यह लैन आती है राज करेगा खालसा। उस तो पहला तो नहीं आपां इन्नी चीज़ां समझियां, राज करेगा खालसा की रहे ना कोई। उस तो पहला किन्नियां गल्लां लिखियां सा संगत जी कि आग्या भई अकाल की तवै चलायो पंथ, सब सिखण को हुक्म है गुरु मान्यो ग्रंथ। गुरु ग्रंथ नूं गुरु मनना है, गुरु ग्रंथ जी मान्यो प्रगट गुरां की दे, जो प्रभु को मिल वोच है खोज शब्द मैं ले। शब्द नूं खोजांगे फिर राज करेगा खालसा, फिर खालसे दा राज आवेगा। ये नहीं कि आपां कोई डेरियां वल तुरिया फिरे, कोई समाधां वल तुरिया फिरे, कोई मड़ियां मसाणियां वल तुरिया फिरे, तो शाम नूं आके आपां फेसबुक ते पोस्ट पा दीए कि राज करेगा खालसा। ऐदा नहीं होवेगा। कनेडा दे विच वी बहुत सारे अपने सिख वीर बैठे ने, पोस्टां पाई जांदे ने, पर आप कदे कित्थे तुरे फिरते ने, कदे क्लबां च तुरे फिरते ने। इन्नियां चीज़ां आपां नूं समझनियां पैणियां ने, फिर राज करेगा खालसा। आकी रहे ना कोए, खुआर होए सब मिलेंगे, बचे शरण जो होए। सा संगत जी, आपां नूं बाणी नूं पढ़ना है, विचारना है अते समझना है कि बाणी दे विच गुरु साहब की लिख के गए ने। सो तुहानूं साडी जानकारी किदां लगी कमेंट करके जरूर दस्सिओ, ते इस वीडियो नूं वध तों वध शेयर भी कर दिओ। आओ गुरफतेह प्रवान करो, गज के आखो वाहिगुरू जी का खालसा, श्री वाहिगुरू जी की फतेह।